ਕਤਲ ਦੇ ਇੱਕ ਮਾਮਲੇ 'ਚ ਲੁਧਿਆਣਾ ਪੁਲਿਸ ਨੇ ਇੱਕ ਆਰੋਪੀ ਨੂੰ ਕਾਬੂ ਕੀਤਾ ਹੈ, ਜਦਕਿ ਉਸਦੇ 3 ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੂੰ 23 ਮਾਰਚ ਨੂੰ ਪਿੰਡ ਬੱਗਾ ਕਲਾਂ 'ਚ ਇੱਕ ਆਦਮੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਹਿਚਾਣ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦੇ ਜ਼ਰੀ ਲਾਲ ਮੰਡਲ ਦੇ ਰੂਪ 'ਚ ਹੋਈ ਸੀ, ਜੋ ਲੁਧਿਆਣਾ 'ਚ ਅੰਬੇਦਕਰ ਨਗਰ ਮਾਡਲ ਟਾਊਨ 'ਚ ਰਹਿੰਦਾ ਸੀ। ਉਸਦੀ 13 ਮਾਰਚ ਨੂੰ ਪੁਲਿਸ ਥਾਣੇ 'ਚ ਗੁੰਮਸ਼ੁਦਗੀ ਸੰਬੰਧੀ ਰਿਪੋਰਟ ਦਰਜ ਕਰਾਈ ਗਈ ਸੀ। ਡੀਸੀਪੀ ਕ੍ਰਾਈਮ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਜ਼ਰੀ ਲਾਲ ਸ਼ੀਸ਼ੇ 'ਤੇ ਮੀਨਾਕਾਰੀ ਦਾ ਕੰਮ ਕਰਦਾ ਸੀ। ਉਸਦਾ ਵਿਜੇ ਕੁਮਾਰ ਅਤੇ ਕੁੰਦਨ ਕੁਮਾਰ ਨੇ ਆਪਣੇ 2 ਸਾਥੀਆਂ ਰਾਹੁਲ ਅਤੇ ਪ੍ਰਦੀਪ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ, ਕਿਉਂਕਿ ਵਿਜੇ ਅਤੇ ਕੁੰਦਨ ਵੀ ਸ਼ੀਸ਼ੇ 'ਤੇ ਮੀਨਾਕਾਰੀ ਦਾ ਕੰਮ ਕਰਦੇ ਸਨ, ਜਿਸ ਦੇ ਚਲਦਿਆਂ ਉਸ ਨਾਲ ਰੰਜਿਸ਼ ਰੱਖਦੇ ਸੀ। ਇਸ ਤੋਂ ਇਲਾਵਾ ਉਹਨਾਂ ਦਾ ਪਿੰਡ 'ਚ ਜ਼ਮੀਨ ਨੂੰ ਲੈ ਕੇ ਵੀ ਵਿਵਾਦ ਸੀ। ਆਰੋਪੀ ਕੁੰਦਨ ਅਤੇ ਵਿਜੇ ਉਸ ਨੂੰ ਬਹਾਨੇ ਨਾਲ ਲੈ ਗਏ ਅਤੇ ਸਾਥੀਆਂ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਕੁੰਦਨ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ। ਇੱਕ 23 ਤਰੀਕ ਨੂੰ ਸਾਡੇ ਕੰਟਰੋਲ ਰੂਮ 'ਤੇ ਮੈਸੇਜ ਆਇਆ ਸੀਗਾ ਵੀ ਇੱਕ ਲਾਡੋਵਾਲ ਥਾਣੇ ਦੇ ਏਰੀਏ 'ਚ ਪਿੰਡ ਬੱਗਾ ਕਲਾਂ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ। ਉਸ ਤੋਂ ਬਾਅਦ ਸਾਡੀ ਟੀਮ ਗਈ, ਜਿਹਦੇ ਵਿੱਚ ADCP 3 ਗੁਰਪ੍ਰੀਤ ਪੂਰੇਵਾਲ ਦੀ ਟੀਮ ਸੀ, ਉਹਨਾਂ ਦਾ ਏਰੀਆ ਸੀਗਾ, ਉਹਨਾਂ ਦੇ SHO ਸੀਗੇ। ਪਹਿਲੇ ਸਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਵੀ ਡੈੱਡ ਬੋਡੀ ਅਨਆਡੈਂਟੀਫਾਈਡ ਸੀ, ਕਿਉਂਕਿ ਡੈੱਡ ਬੋਡੀ ਦਾ ਜਿਹੜਾ ਬੁਰੀ ਤਰ੍ਹਾਂ ਗਲੀ ਵੀ ਸੀਗੀ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਕੇ ਸਾਰਿਆਂ ਨੇ ਪਤਾ ਲੱਗਿਆ ਵੀ ਇੱਕ ਮਾਡਲ ਟਾਊਨ ਥਾਣੇ ਇੱਕ ਗੁੰਮਸ਼ੁਦਗੀ ਦੀ ਰਪਟ ਪਈ ਹੈ 13 ਤਰੀਕ ਦੀ। ਜਦੋਂ ਉਹ ਦੇਖਿਆ ਤਾਂ ਬੰਦਾ ਸਾਨੂੰ ਪਤਾ ਲੱਗ ਗਿਆ ਵੀ ਉਹ ਬੰਦੇ ਦਾ ਨਾਮ ਜ਼ਰਦਾਰੀ ਲਾਲ ਹੈ, ਜ਼ਰੀ ਲਾਲ ਬੰਦੇ ਦਾ ਨਾਮ ਹੈ। ਅਤੇ ਉਸ ਤੋਂ ਬਾਅਦ ਇਹਦੀ ਇਨਵੈਸਟੀਗੇਸ਼ਨ ADCP 3 ACP ਸਿਵਲ ਲਾਈਨ ਨੇ ਇਹਨਾਂ ਨੇ ਕੀਤੀ ਅਤੇ ਬੜੀ ਮਿਹਨਤ ਨਾਲ ਇੱਕ ਪਹੁੰਚੇ ਵੀ ਜਿਹੜਾ ਇਹ ਬਾਅਦ 'ਚੋਂ ਜਦੋਂ ਮਰਡਰ ਦਾ ਪਰਚਾ ਦਰਜ ਕਰਤਾ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮਾਸੀ ਦਾ ਮੁੰਡਾ ਸੀਗਾ ਕੁੰਦਨ ਕੁਮਾਰ, ਉਹਨੇ 13 ਤਰੀਕ ਨੂੰ ਇੱਕ ਰਿਪਟ ਲਿਖਾਈ ਸੀ ਮਿਸਿੰਗ ਦੀ। ਜਦੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤਾ ਗਿਆ ਤਾਂ ਉਸੇ 'ਚੋਂ ਹੀ ਪਤਾ ਲੱਗਿਆ ਵੀ ਇਹਨਾਂ ਦੀ ਪਲੈਨਿੰਗ ਨਾਲ ਹੀ ਇਹ ਮਰਡਰ ਹੋਇਆ, ਜਿਹਦੇ ਵਿੱਚ ਮੇਨ ਕੁੰਦਨ ਕੁਮਾਰ ਨੂੰ ਅਸੀਂ ਜਿਹੜਾ ਹੈਗਾ ਉਹ ਅਰੈਸਟ ਕੀਤਾ, ਜਿਹੜਾ ਮੇਨ ਪਲੈਨਿੰਗ ਸੀ। ਉਹਦੇ ਵਿੱਚ ਨਾਲ ਜਿਹੜੇ 4-3 ਦੋਸ਼ੀ ਜਿਹੜੇ ਹੋਰ ਨੋਮੀਨੇਟ ਕੀਤੇ, ਵਿਜੇ ਕੁਮਾਰ, ਰਾਹੁਲ ਅਤੇ ਪ੍ਰਦੀਪ ਕੁਮਾਰ, ਇਹ 3 ਦੋਸ਼ੀ ਸੀਗੇ। ਕੁੰਦਨ ਨੇ ਪਲੈਨਿੰਗ ਕਰਕੇ ਇਹਨਾਂ 3 ਦੇ ਨਾਲ ਉਹਨਾਂ ਨੂੰ ਭੇਜਤਾ। 12 ਤਰੀਕ ਸਵੇਰੇ ਇਹਨਾਂ ਨੇ ਮਰਡਰ ਕੀਤਾ ਚਾਕੂ ਨਾਲ, ਅਤੇ ਉਦੋਂ ਬਾਅਦ 13 ਤਰੀਕ ਨੂੰ ਕੁੰਦਨ ਨੇ ਰਿਪਟ ਲਿਖਾਈ ਸੀ। ਅਤੇ ਇਹ ਹੁਣ ਮਰਡਰ ਟਰੇਸ ਕੀਤਾ, ਜਿਹਦੇ ਵਿੱਚ ਅੱਗੇ ਜਿਹੜੇ 3 ਬੰਦੇ ਹੈ ਉਹ ਅਸੀਂ ਅਰੈਸਟ ਕਰਾਂਗੇ। ਜਿਹੜਾ ਮੇਨ ਸੀਗਾ ਕੁੰਦਨ ਕੁਮਾਰ, ਜਿਹੜਾ ਇਹਦਾ ਮਾਸੀ ਦਾ ਮੁੰਡਾ ਸੀਗਾ, ਉਹ ਅਸੀਂ ਅਰੈਸਟ ਕਰ ਲਿਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।